ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮਸ਼ਹੂਰ ਗੈਂਗਸਟਰ ਰਹਿ ਚੁੱਕੇ ਸੁੱਖਾ ਕਾਹਲੋਂ ਦੀ। ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਦੋਸਤੋ, ਸੁੱਖੇ ਦਾ ਜਨਮ ਜ਼ਿਲ੍ਹਾ ਕਪੂਰਥਲਾ ਦੇ ਇੱਕ ਪਿੰਡ ਕਾਹਲਵਾਂ ਵਿਖੇ 21 ਜੂਨ 1987 ਨੂੰ ਹੋਇਆ ਸੀ। ਉਹ ਸੁਦਰਸ਼ਨ ਸਿੰਘ ਅਤੇ ਹਰਜਿੰਦਰ ਕੌਰ ਦਾ ਜੰਮਪਾਲ ਸੀ। ਦੋਸਤੋ, ਸੁੱਖਾ ਕਾਹਲੋਂ 150 ਕਿੱਲਿਆਂ ਦਾ ਮਾਲਕ ਹੋਣ ਦੇ ਬਾਵਜੂਦ ਪਿੰਡ ਦਿਆਂ ਦੂਜਿਆਂ ਮੁੰਡਿਆਂ ਵਾਂਗ ਸਧਾਰਨ ਜ਼ਿੰਦਗੀ ਬਤੀਤ ਕਰਦਾ ਸੀ। ਸੁੱਖੇ ਦਾ ਇੱਕ ਵੱਡਾ ਭਰਾ ਸੀ ਜਿਸ ਦੀ ਮੌਤ ਹੋਣ ਮਗਰੋਂ ਸੁੱਖਾ ਇਕੱਲਾ ਹੀ ਆਪਣੇ ਮਾਂ ਪਿਓ ਦਾ ਸਹਾਰਾ ਰਹਿ ਗਿਆ ਸੀ। ਸੁੱਖਾ ਸਵੇਰੇ ਉੱਠਣ ਸਾਰ ਹੀ ਪਾਠ ਕਰਿਆ ਕਰਦਾ, ਸੈਰ ਕਰਦਾ ਕਰਦਾ ਕਰਤਾਰਪੁਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਚਲਾ ਜਾਂਦਾ ਸੀ। ਦੋਸਤੋ, ਸੁੱਖਾ ਕਾਹਲੋਂ ਬਾਹਰ ਜਾਣਾ ਚਾਹੁੰਦਾ ਸੀ ਅਤੇ ਉਸਨੇ ਆਪਣੀ ਫੈਮਿਲੀ ਸਮੇਤ ਅਮੈਰੀਕਾ ਜਾਣ ਦੀ ਤਿਆਰੀ ਵੀ ਕਰ ਲਈ ਸੀ, ਪਰ ਅਚਾਨਕ ਹੀ ਪਿੰਡ ਦੇ ਵਿੱਚ ਦੋ ਧੜਿਆਂ ਵਿੱਚ ਲੜਾਈ ਹੋ ਗਈ। ਇਸ ਲੜਾਈ ਵਿੱਚ ਇੱਕ ਧੜੇ ਵਿੱਚ ਸੁੱਖੇ ਦਾ ਨਾਂ ਵੀ ਦੇ ਦਿੱਤਾ ਗਿਆ, ਜਿਸ ਕਾਰਨ ਸੁੱਖੇ ਕਾਹਲੋਂ ਦੇ ਪਾਸਪੋਰਟ ਦੀ ਇਨਕੁਆਇਰੀ ਰੁਕ ਜਾਣ ਕਾਰਨ ਉਸਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ। ਉਸਦੇ ਸਿੱਟੇ ਵਜੋਂ ਉਸਦੇ ਮਾਂ ਬਾਪ ਤਾਂ ਅਮੈਰੀਕਾ ਚਲੇ ਗਏ, ਪਰ ਸੁੱਖਾ ਕਾਹਲੋਂ ਪੰਜਾਬ ਵਿੱਚ ਹੀ ਰਹਿ ਗਿਆ, ਜਿਸ ਤੋਂ ਬਾਅਦ ਸੁੱਖੇ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ। ਵੱਡੇ ਵੱਡੇ ਮੰਤਰੀਆਂ ਅਤੇ ਗੈਂਗਸਟਰਾਂ ਤੱਕ ਸੁੱਖੇ ਦੀ ਪਹੁੰਚ ਵੱਧ ਗਈ, ਜਿਸ ਕਾਰਨ ਉਸਦਾ ਨਾਂ ਨਿੱਕੀਆਂ ਮੋਟੀਆਂ ਲੜਾਈਆਂ ਦੇ ਨਾਲ ਨਾਲ ਡਕੈਤੀ, ਨਸ਼ੇ ਅਤੇ ਕਾਤਲਾਂ ਦੇ ਵਿੱਚ ਆਉਣ ਲੱਗ ਪਿਆ। ਸੁੱਖਾ ਪੂਰੇ ਪੰਜਾਬ ਵਿੱਚ ਗੈਂਗਸਟਰ ਸੁੱਖਾ ਕਾਹਲੋਂ ਸ਼ਾਰਪ ਸ਼ੂਟਰ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਦੋਸਤੋ, ਸੁੱਖਾ ਕਾਹਲੋਂ ਅਤੇ ਵਿੱਕੀ ਗੌਂਡਰ ਜੋ ਕਿ ਜਿਗਰੀ ਯਾਰ ਸਨ, ਇਕੱਠਿਆਂ ਨੇ ਖਾਣਾ ਪੀਣਾ ਅਤੇ ਉਹ ਸਕੇ ਭਰਾਵਾਂ ਤੋਂ ਘੱਟ ਨਹੀਂ ਸਨ। ਅਤੇ ਦੂਜੇ ਪਾਸੇ ਸੁੱਖਾ ਕਾਹਲੋਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ। ਉਸ ਕੁੜੀ ਨਾਲ ਸੁੱਖਾ ਕਾਹਲੋਂ ਵਿਆਹ ਕਰਵਾ ਕੇ ਆਸਟ੍ਰੇਲੀਆ ਚਲਿਆ ਗਿਆ, ਪਰ ਵਿਆਹ ਤੋਂ ਬਾਅਦ ਛੋਟੇ ਮੋਟੇ ਝਗੜਿਆਂ ਕਾਰਨ ਆਪਣੀ ਪਤਨੀ ਨੂੰ ਛੱਡ ਕੇ ਇੰਡੀਆ ਆ ਗਿਆ। ਉਸਨੇ ਪੰਜਾਬ ਵਿੱਚ ਆ ਕੇ ਫਿਰ ਗੈਂਗਸਟਰ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ। ਉਸਦੇ ਕਦਮ ਜੁਰਮ ਦੀ ਦੁਨੀਆ ਵੱਲ ਤੇਜ਼ੀ ਨਾਲ ਵੱਧ ਰਹੇ ਸਨ। ਉਸ ਉੱਤੇ 100 ਤੋਂ ਵੱਧ ਮਾਮਲੇ ਦਰਜ ਸਨ, ਜਿਸ ਵਿੱਚ ਲੁੱਟਾਂ ਦੇ ਨਾਲ ਨਾਲ ਕਤਲ ਦੇ ਮਾਮਲੇ ਵੀ ਦਰਜ ਸਨ। ਦੋਸਤੋ, ਆਪਣੇ ਸਾਥੀਆਂ ਦੀਆਂ ਹੱਲਾਸ਼ੇਰੀਆਂ ਨਾਲ ਸੁੱਖਾ ਮਸ਼ਹੂਰ ਗੈਂਗਸਟਰ ਬਣ ਚੁੱਕਿਆ ਸੀ। ਪੁਲਿਸ ਨੇ ਉਸ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸੁੱਖਾ ਪੁਲਿਸ ਤੋਂ ਡੱਕਿਆ ਨਾ ਗਿਆ। ਕਈ ਵਾਰ ਤਾਂ ਉਹ ਜੇਲ੍ਹ 'ਚੋਂ ਵੀ ਫਰਾਰ ਹੋ ਗਿਆ ਸੀ। ਉਹ ਜੇਲ੍ਹ ਅੰਦਰ ਫੋਨ ਰੱਖਿਆ ਕਰਦਾ ਸੀ ਅਤੇ ਆਪਣੀ ਫੇਸਬੁੱਕ ID ਅਪਡੇਟ ਰੱਖਦਾ ਸੀ। ਦੋਸਤੋ, ਸੁੱਖੇ ਦੇ ਲਿੰਕ ਕਈ MLA ਮੰਤਰੀਆਂ ਨਾਲ ਸਨ, ਉਸ ਤੋਂ ਵੱਡੇ ਵੱਡੇ ਬਦਮਾਸ਼ ਵੀ ਡਰਦੇ ਸਨ। ਪਰ ਦੋਸਤੋ, ਸੁੱਖਾ ਇੱਕ ਗੈਂਗਸਟਰ ਹੋਣ ਦੇ ਨਾਲ ਨਾਲ ਗਰੀਬਾਂ ਦਾ ਰਾਖਾ ਸੀ। ਉਸਨੇ ਅਨੇਕਾਂ ਵਾਰ ਕੁੜੀਆਂ ਨੂੰ ਤੰਗ ਕਰਨ ਵਾਲਿਆਂ ਮੁੰਡਿਆਂ ਨੂੰ ਸਬਕ ਸਿਖਾਇਆ ਅਤੇ ਉਹ ਜਿਹੜੀ ਜੇਲ੍ਹ ਵਿੱਚ ਚਲਾ ਜਾਂਦਾ ਉੱਥੇ ਨਸ਼ਾ ਬੰਦ ਕਰਵਾ ਦਿੰਦਾ ਸੀ। ਦੋਸਤੋ, ਸੁੱਖਾ ਕਾਹਲੋਂ ਦੇ ਦੁਸ਼ਮਣਾਂ ਦੀ ਗਿਣਤੀ ਦਿਨੋ ਦਿਨ ਵਧਣ ਲੱਗੀ। ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੋਸਤੋ, ਸੁੱਖੇ ਅਤੇ ਵਿੱਕੀ ਗੌਂਡਰ ਦੇ ਵਿਚਾਲੇ ਦਰਾਰ ਪੈ ਗਈ। ਉਹ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਗਏ। ਦੋਸਤੋ, 21 ਫਰਵਰੀ 2015 ਦੀ ਗੱਲ ਹੈ, ਜਦੋਂ ਸੁੱਖਾ ਇੱਕ ਕੇਸ ਭੁਗਤ ਕੇ ਜਲੰਧਰ ਤੋਂ ਪੁਲਿਸ ਨਾਲ ਵਾਪਸ ਆ ਰਿਹਾ ਸੀ। ਉਦੋਂ ਹੀ ਜਲੰਧਰ ਦੇ ਗੁਰਾਇਆ ਨੇੜੇ ਸੁੱਖੇ ਕਾਹਲੋਂ ਉੱਤੇ ਪੁਲਿਸ ਵਾਲਿਆਂ ਸਾਹਮਣੇ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ। ਦੋਸਤੋ, ਸੁੱਖੇ ਦੇ ਦਾਦੇ ਦਾ ਕਹਿਣਾ ਹੈ ਕਿ ਸੁੱਖੇ ਦਾ ਕਦਰ ਸਿਆਸੀ ਨੇਤਾਵਾਂ ਅਤੇ ਪੁਲਿਸ ਦੀ ਮਿਲੀ ਜੁਲੀ ਭੁਗਤ ਦੇ ਕਾਰਨ ਹੋਇਆ ਸੀ, ਨਹੀਂ ਤਾਂ ਪੁਲਿਸ ਦੇ ਹੁੰਦੇ ਸੁੱਖੇ ਨੂੰ ਗੋਲੀਆਂ ਨਾਲ ਕੋਈ ਨਹੀਂ ਸੀ ਮਾਰ ਸਕਦਾ। ਸੁੱਖੇ ਦੇ ਮਰਨ ਨਾਲ ਉਸ ਹਰ ਇੱਕ ਸ਼ਖਸ ਦੀ ਅੱਖ ਰੋਈ ਜਿਨ੍ਹਾਂ ਦੀ ਸੁੱਖੇ ਕਾਹਲੋਂ ਦੁਆਰਾ ਮਦਦ ਕੀਤੀ ਗਈ ਸੀ, ਜੋ ਕਿ ਸੁੱਖੇ ਕਾਹਲੋਂ ਨੂੰ ਚਾਹੁੰਦੇ ਸਨ। ਸੁੱਖਾ ਆਪਣੇ ਮਾਂ ਪਿਓ ਦਾ ਇੱਕੋ ਇੱਕ ਸਹਾਰਾ ਸੀ, ਜਿਸ ਦੇ ਚਲੇ ਜਾਣ ਤੋਂ ਬਾਅਦ ਉਸਦੇ ਮਾਂ ਪਿਓ ਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ। ਦੋਸਤੋ, ਸੁੱਖੇ ਦੇ ਕਤਲ ਦੀ ਸਾਜਿਸ਼ ਸੋਨੂ ਬਾਬਾ ਨੇ ਰਚੀ ਸੀ ਅਤੇ ਵਿੱਕੀ ਗੌਂਡਰ ਨੇ ਇਸ ਘਟਨਾ ਨੂੰ ਅੰਜਾਮ ਤੱਕ ਪਹੁੰਚਾਇਆ ਸੀ। ਦੋਸਤੋ, ਇਸ ਤਰ੍ਹਾਂ ਵਿੱਕੀ ਗੌਂਡਰ ਨੇ ਸੁੱਖੇ ਕਾਹਲੋਂ ਨੂੰ ਧੋਖੇ ਨਾਲ ਮਾਰਿਆ, ਕਿਉਂਕਿ ਉਸ ਵਕਤ ਉਹ ਜੰਜੀਰਾਂ ਅਤੇ ਬੇੜੀਆਂ ਨਾਲ ਜਕੜਿਆ ਹੋਇਆ ਸੀ। ਦੋਵਾਂ ਦੇ ਵਿਚਕਾਰ ਭਰਾਵਾਂ ਨਾਲੋਂ ਜ਼ਿਆਦਾ ਪਿਆਰ ਹੋਣ ਦੇ ਬਾਵਜੂਦ ਵੀ ਵਿੱਕੀ ਗੌਂਡਰ ਨੇ ਸੁੱਖਾ ਕਾਹਲੋਂ ਦਾ ਕਤਲ ਕਰ ਦਿੱਤਾ। ਸੁੱਖਾ ਕਾਹਲੋਂ ਵੀ ਅਣਜਾਣ ਨਹੀਂ ਸੀ, ਉਸ ਨੂੰ ਪਤਾ ਸੀ ਕਿ ਵਿੱਕੀ ਗੌਂਡਰ ਉਸ ਨੂੰ ਮਾਰਨ ਦੀ ਸਾਜਿਸ਼ ਰਚ ਰਿਹਾ ਹੈ। ਪਰ ਦੋਸਤੋ, ਸਮਾਂ ਬਲਵਾਨ ਹੈ, ਇਸ ਨੂੰ ਕੋਈ ਨਹੀਂ ਰੋਕ ਸਕਦਾ। ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ। ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਇੱਕ ਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਦੋਸਤੋ, ਹੁਣ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਰੱਬ ਰੱਖਾ।